ਹਾਂਜੀ ਮਿੱਤਰੋ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅੱਜ ਆਪਾਂ ਰਾਤ ਨੂੰ ਨਿਕਲੇ ਹਾਂ, ਦਿਨੇ ਸਾਰਾ ਦਿਨ ਕਾਲਜ ਸੀਗੇ, ਅੱਜ ਟਿਊਜ਼ਡੇ ਬਈ, ਆਪਾਂ ਚੱਲੇ ਹਾਂ ਡਿਨਰ ਕਰਨ ਅਤੇ ਜਾਵਾਂਗੇ 10 ਸੈਕਟਰ ਬਰੂਕਲੀਨ। ਦਿਖਾਉਣੇ ਹਾਂ ਤੁਹਾਨੂੰ ਕੀ ਖਾਂਦੇ ਪੀਂਦੇ ਹਾਂ। ਬਾਈ ਜੀ ਥੋੜ੍ਹੇ ਥੱਕੇ ਹੋਏ ਨੇ, ਅੱਜ ਕਲਾਸ ਲਾ ਕੇ ਹੁਣੀ ਆਏ ਨੇ, ਅੱਜ ਸਾਰਾ ਦਿਨ ਕਲਾਸਾਂ ਸੀ ਬਾਈ ਦੀਆਂ, ਲੇਟ ਹੋ ਗਏ। ਨਹੀਂ ਨਹੀਂ ਬਾਈ, ਐਂ ਐਡੀ ਗੱਲ ਵੀ ਨਹੀਂ ਗੀ, ਮੈਂ ਜਮਾਂ ਵਿਹਲਾ ਅੱਜ ਬਾਈ, ਦੁਪਹਿਰ ਤੋਂ ਕਲਾਸ ਆਪਣੀ ਮੁੱਕ ਗਈਆਂ ਸੀਗੀਆਂ, ਉਹੀ ਬਾਈ ਥੱਕੇ ਨੇ ਸ਼ਾਮ ਨੂੰ ਬਾਈ। ਚਲੋ ਥਕਾਉਣੇ ਆ ਇਹ ਬਾਈ, ਵਿੰਚ ਏਡਾ ਕਰਦੇ ਵੀ ਥੱਕ ਗਿਆ ਸਾਰੇ ਮਰ ਕੇ। ਗੁੱਡ ਮਾਰਨਿੰਗ ਗਾਈਸ, ਸਵੇਰ ਹੋ ਚੁੱਕੀ ਆ, ਦੁਪਹਿਰ ਹੀ ਹੋ ਗਈ ਲਾ ਲਓ, 12 ਵੱਜ ਗਏ ਅਤੇ ਤਿਆਰ ਹੁੰਦੇ ਹੋ ਗਏ ਥੋੜ੍ਹੇ ਲੇਟ। ਹੁਣ ਆਪਾਂ ਬਾਈ ਤਿਆਰ ਹਾਂ ਅਤੇ ਕਾਲਜ ਜਾਣ ਦੀ ਤਿਆਰੀ ਹੈ, ਕਾਰ ਕਰ ਲਈ ਆਪਾਂ ਸਟਾਰਟ, ਥੋੜ੍ਹੀ ਜਿਹੀ ਕਰਦੇ ਹਾਂ ਗਰਮ 10 ਮਿੰਟ, ਫਿਰ ਚੱਲਦੇ ਹਾਂ ਕਾਲਜ। ਕਾਲਜ ਚੱਲੀ ਜਾਂਦਾ ਆਪਣਾ ਫੈਸਟ ਅਤੇ ਕਲਾਸਾਂ ਵਗੈਰਾ ਵੀ ਚਲੋ ਲਾਈ ਜਾਂਦੇ ਆਪਾਂ ਡੇਲੀ ਵਾਂਗੂ ਹੀ। ਅਤੇ ਜਿਹੜੇ ਆਪਣੇ ਕਮੈਂਟ ਕਰਦੇ ਆ ਬਾਈ ਕਿ ਡੇਲੀ ਵਲੌਗਸ ਪਾਇਆ ਕਰੋ, ਡੇਲੀ ਦੇ ਵਲੌਗਸ ਬਾਈ ਪਾ ਤਾਂ ਦਿਆ ਕਰੀਏ, ਜਾਣਾ ਤਾਂ ਆਪਾਂ ਡੇਲੀ ਕਾਲਜ ਹੀ ਹੁੰਦਾ, ਵੇਖੋ ਹੋਰ ਤਾਂ ਕਿਤੇ ਜਾਣਾ ਨਹੀਂ। ਡੇਲੀ ਕਾਲਜ ਦਾ ਉਹੀ ਉਹੀ ਚੀਜ਼ ਦੁਬਾਰਾ ਰਿਪੀਟ ਕਰਨੀ ਚੰਗੀ ਜੀ ਨਹੀਂ ਲੱਗਦੀ, ਵੀ ਦੱਸ ਕੀ ਪਾਈ ਜਾਈਏ ਡੇਲੀ, ਹੈ ਨਾ। ਜਿੱਥੇ ਕਿਤੇ ਨਵੀਂ ਥਾਵੇਂ ਜਾਂਦੇ ਹਾਂ ਆਪਾਂ ਵਲੌਗ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ, ਕਿਤੇ ਵੀ ਜਾਂਦੇ ਹਾਂ ਸਾਰੇ ਅਪਡੇਟ ਦਿੰਦੇ ਰਹਿੰਦੇ ਹਾਂ। ਅਤੇ ਅੱਜ ਦਾ ਬਾਈ ਆਪਾਂ ਕਾਲਜ ਚੱਲੇ ਹਾਂ ਫੈਸਟ ਵਾਲਾ ਦਿਨ, ਚਲੋ ਫੈਸਟ ਤਾਂ ਤੁਹਾਨੂੰ ਦਿਖਾਵਾਂਗੇ ਜ਼ਰੂਰੀ ਆ। ਅਤੇ ਰਾਤ ਆਪਾਂ ਬਾਈ ਜਿਵੇਂ ਤੁਸੀਂ ਦੇਖ ਚੁੱਕੇ ਹੋ ਬਰੂਕਲੇਨ ਗਏ ਸੀ, ਅੱਜ ਦੀ ਵੀਡੀਓ ਆਪਾਂ ਅੱਜ ਦਾ ਵਲੌਗ ਉੱਥੇ ਕੰਟੀਨਿਊ ਕਰਾਂਗੇ, ਉਸੇ ਵਲੌਗ ਦੇ ਵਿੱਚ। ਰਾਤ ਆਪਣਾ ਫੋਨ ਹੋ ਗਿਆ ਸੀ ਬੰਦ ਬਾਈ, ਵਲੌਗ ਬਣਾ ਨਹੀਂ ਪਾਏ, ਤਾਂ ਕਰਕੇ ਆਪਾਂ ਵਲੌਗ ਉੱਥੋਂ ਹੀ ਕੰਟੀਨਿਊ ਕਰਾਂਗੇ। ਹੁਣ ਚੱਲਦੇ ਹਾਂ ਕਾਲਜ, ਨਾਲ ਨਾਲ ਬਣੇ ਰਹੋ, ਦਿਖਾਉਣੇ ਆਪਾਂ ਚੱਕਦੇ ਹਾਂ ਗੁਰਨੂਰ ਨੂੰ, ਰਾਜਵੀਰ ਵਰਗੇ ਉੱਥੇ ਪਹੁੰਚੇ ਖੜ੍ਹੇ ਆ, ਚਲੋ ਆਪਾਂ ਚੱਲਦੇ ਹਾਂ ਬਾਈ। ਮਿੱਤਰੋ ਚੱਲਦੇ ਹਾਂ ਕਾਲਜ। ਕਾਲਜ ਚੱਲਣ ਤੋਂ ਪਹਿਲਾਂ ਆਪਾਂ ਦੂਸਰੇ ਫਲੈਟੋਂ ਗੁਰਨੂਰ ਨੂੰ ਚੱਕਣਾ, ਗੁਰਨੂਰ ਨੂੰ ਚੜ੍ਹਾ ਕੇ ਫਿਰ ਦਿਖਾਉਣੇ ਆ ਤੁਹਾਨੂੰ ਕਾਲਜ। ਕਾਲਜ ਅੱਜ ਇਕੱਠ ਹੋਣਾ ਬਹੁਤ ਲੱਗਦਾ ਤਾਂ ਹੈ ਹੀ ਆ, ਪਿਛਲਾ ਵਲੌਗ ਵੀ ਫੈਸਟੀਵਲ ਦਾ ਸੀਗਾ, ਚਲੋ ਫੈਸਟ ਸੀਗਾ ਉੱਦਣ ਵੀ, ਅਤੇ ਉੱਦਣ ਵੀ ਇਕੱਠ ਬਈ ਬਾਹਲਾ ਜ਼ਿਆਦਾ ਸੀ, ਨਜਾਇਜ਼ ਜੀ ਆਊਟਸਾਈਡਰ ਆ ਜਾਂਦੇ ਆ ਵੇਖੋ, ਹੈ ਨਾ। ਵੈਸੇ ਸਖਤਾਈ ਤਾਂ ਬਹੁਤ ਹੁੰਦੀ ਹੈਗੀ, ਅਤੇ ਫਿਰ ਵੀ ਕਿੱਥੇ ਹਟਦੇ ਆ ਲੋਕ।
ਹੁਣ ਆਪਾਂ ਚੱਕਦੇ ਹਾਂ ਗੁਰਨੂਰ ਨੂੰ ਦੂਸਰੇ ਫਲੈਟ ਤੋਂ ਅਤੇ ਫਿਰ ਚੱਲਦੇ ਹਾਂ ਕਾਲਜ। ਹਾਂਜੀ ਹਾਂਜੀ, ਕਿਵੇਂ ਗਾਇਸ? ਵਧੀਆ। ਗਏ ਹੋ? ਨਹੀਂ, ਉਹ ਤਿਆਰ ਹੋ ਜਾਂਦੇ ਆ, ਜਾਂਦੇ ਆ ਕਾਲਜ। ਆਪਾਂ ਮਾੜਾ ਉੱਧਰ ਦੇਖ ਕੇ ਆਉਣਾ, ਇੱਕ 1164 ਨੰਬਰ ਘਰ ਫੋਨ ਆਇਆ ਸੀ, ਬੁੱਕ ਕਰ ਦਿੰਦਾ। ਹੋ ਰਹੀ ਆ? ਹਾਂ, 33 ਜੀ। ਚਲੋ ਜੀ। ਹਾਂਜੀ ਮਿੱਤਰੋ, ਪਹੁੰਚ ਗਏ ਆਪਾਂ ਕਾਲਜ। ਕਾਲਜ ਬਈ ਭੀੜ ਵਾਲੀ ਅੱਜ ਵੀ, ਉਦਣ ਵਾਂਗੂ ਜਗ੍ਹਾ ਆਪਾਂ ਨੂੰ ਅੱਜ ਵੀ ਨਹੀਂ ਮਿਲਣੀ, ਆਪਾਂ ਲੇਟ ਹੋ ਜਾਂਦੇ ਹਾਂ ਕਈ ਵਾਰ, ਅਤੇ ਜਗ੍ਹਾ ਕਰਕੇ ਆਪਾਂ ਨੂੰ ਦਿੱਕਤ ਆਉਂਦੀ ਹੈ, ਗੇੜੇ ਲਾਉਣੇ ਪੈਂਦੇ ਆ ਦੋ ਤਿੰਨ ਬਾਹਰ। ਵੇਖਦੇ ਹਾਂ ਹੁਣ ਕਿੱਥੇ ਲਾਵਾਂਗੇ ਕਾਰ ਅਤੇ ਕਦੋਂ ਕੁ ਜਾਵਾਂਗੇ ਅੰਦਰ, ਕੀ ਮਾਹੌਲ ਹੈ ਦਿਖਾਉਣੇ ਆ ਤੁਹਾਨੂੰ ਨਾਲ ਨਾਲ। ਕੈਮਰੇ ਦੀ ਕਮਾਂਡ ਹੁਣ ਦੂਜੇ ਬੰਦੇ ਦੇ ਹੱਥ 'ਚ ਆ ਗਈ। ਗਰਮ ਹੈ ਮਾਹੌਲ ਹੈ ਨਾ ਪੂਰਾ। ਵੈਲਕਮ ਟੂ ਸਾਇੰਸ ਟੈਸਟ। ਪੂਰਾ ਗਰਾਊਂਡ ਹੈ ਨਾ। ਅੱਜ ਆਪਾਂ ਨੂੰ ਕਾਲਜ ਦੇ ਸਟਾਰ ਮਿਲੇ ਨੇ, ਸਟਾਰ ਕਾਸਟ ਆਈ, ਸਟਾਰ ਆਪਦਾ ਮੂੰਹ ਘੱਟ ਦਿਖਾਉਂਦੇ ਆ ਥੋੜਾ ਜਿਹਾ, ਸ਼ਾਈ ਫੀਲ ਕਰਦੇ ਕੈਮਰੇ ਮੂਹਰੇ। ਕੋਈ ਗੱਲ ਨੀ, ਤੁਹਾਨੂੰ ਮਿਲਾਵਾਂਗੇ। ਮੁੱਛ ਕੁੰਡੀ ਆ ਪੂਰੀ, ਵੇਖੋ ਮੁੱਛ ਦੇ, ਅੱਧਾ ਕਾਲਜ ਮੁੱਛ ਦਾ ਫੈਨ ਆ, ਵੀਡੀਓ ਵੀ ਬਣਾ ਲੈਂਦੇ। ਪਾ ਦੋ ਸਟ੍ਰੀਕ ਦੱਸੀ, ਕੋਈ ਗੱਲ ਨੀ। ਸਟ੍ਰੀਕ ਬਣ ਗਈ ਜੱਸੀ ਜੀ। ਕੀ ਹੈ ਇਹ? ਹਾਂ
ਟਾਇਰ ਲਾਤੀ ਓਏ ਆਪਣੀ ਲੱਗੀ ਹੋ ਰੌਮ ਬੈਂਡ ਓਏ ਬੋਲ ਬਣਾ ਗਿਆ ਜਮੀ ਧੱਕਾ ਹੋ ਗਿਆ ਸਾਰਾ ਦਿਨ ਚਲੇ ਛੱਡਦਾ ਡਿੱਗ ਪਿਆ ਹੋ ਗਿਆ ਭਾਜੀ